ਪੰਜਾਬ ਸਰਕਾਰ ਵੱਲੋਂ ਤੰਦਰੁਸਤ ਮਿਸ਼ਨ ਦੇ ਤਹਿਤ ਅੱਜ ਅਲੱਗ ਅਲੱਗ ਸੰਸਥਾਵਾਂ ਵੱਲੋਂ ਇਸ ਮੁਹਿੰਮ ਨੂੰ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੀ ਇੱਕ ਮਿਸਾਲ ਨਾਭਾ ਤੋਂ ਸਾਹਮਣੇ ਆਈ ਹੈ, ਜਿੱਥੇ ਏਕਤਾ ਵੈਲਫੇਅਰ ਸੁਸਾਇਟੀ ਵੱਲੋਂ ਪਹਿਲੀ ਵਾਰ ਮੈਰਾਥਨ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਰ ਵਰਗ ਦੇ 700 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ, ਜਿਸ ਤਰ੍ਹਾਂ ਨਸ਼ਿਆਂ ਅਤੇ ਵਾਤਾਵਰਣ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ SDM ਕਾਲਾ ਰਾਮ ਕੌਂਸਲ ਵੱਲੋਂ ਮੈਰਾਥਨ ਰੈਲੀ 'ਚ ਭਾਗ ਲੈਣ ਵਾਲੇ ਲੜਕੇ ਲੜਕੀਆਂ ਨੂੰ ਸਰਟੀਫਿਕੇਟ ਅਤੇ ਬੂਟੇ ਵੀ ਵੰਡੇ ਗਏ। ਇਸ ਦੇ ਨਾਲ ਹੀ ਉਹਨਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਅੱਜ ਜੋ ਨਾਭਾ ਵਿਖੇ ਏਕਤਾ ਵੈਲਫੇਅਰ ਸੁਸਾਇਟੀ ਅਤੇ ਹੋਰ ਸੰਸਥਾਵਾਂ ਵੱਲੋਂ ਸਾਈਕਲ ਰੈਲੀ ਕੀਤੀ ਗਈ ਹੈ, ਇਹਦੇ ਵਿੱਚ 500 ਤੋਂ ਲੈ ਕੇ 700 ਸਟੂਡੈਂਟਸ ਨੇ, ਬੱਚਿਆਂ ਨੇ, ਨੌਜਵਾਨਾਂ ਨੇ ਪਾਰਟੀਸਪੇਟ ਕੀਤਾ। ਇਹ 'ਚ ਛੋਟੇ ਛੋਟੇ ਬੱਚੇ ਵੀ ਸੀ, ਨੌਜਵਾਨ ਵੀ ਸੀ। ਸਾਰਿਆਂ ਨੂੰ ਇਹੀ ਸੁਨੇਹਾ ਦੇ ਕੇ ਭੇਜਿਆ ਗਿਆ ਸੀ ਵੀ ਇੱਕ ਤਾਂ ਨਸ਼ੇ ਤੋਂ ਗੁਰੇਜ਼ ਕੀਤਾ ਜਾਵੇ, ਨਸ਼ੇ ਤੋਂ ਦੂਰ ਰਿਹਾ ਜਾਵੇ, ਇੱਕ ਤੰਦਰੁਸਤ ਪੰਜਾਬ ਬਣਾਉਣ ਲਈ, ਆਪਣੇ ਵਾਤਾਵਰਨ ਨੂੰ ਠੀਕ ਬਣਾਉਣ ਲਈ ਪੌਦਾ, ਜਿਹੜੇ ਵਰਿਕਸ਼ਾਰੋਪਣ ਹੈ, ਪਲਾਂਟੇਸ਼ਨ ਹੈ, ਉਹ ਕੀਤੀ ਜਾਵੇ। ਇਸ ਦੇ ਤਹਿਤ ਸੰਸਥਾਵਾਂ ਵੱਲੋਂ ਪੌਦੇ ਵੀ ਵੰਡੇ ਗਏ ਨੇ, ਉਹ ਸਾਰੇ ਨੌਜਵਾਨ ਬੱਚੇ ਆਪਣੇ ਘਰ ਘਰ ਲੈ ਕੇ ਗਏ ਨੇ, ਜਿੱਥੇ ਵੀ ਉਹਨਾਂ ਨੂੰ ਖਾਲੀ ਜਗ੍ਹਾ ਮਿਲ ਗਈ ਉਹ ਲਗਾਉਣਗੇ, ਉਹਦੀ ਸੇਵਾ ਸੰਭਾਲ ਵੀ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਤਕਰੀਬਨ 10 ਕਿਲੋਮੀਟਰ ਦੀ ਨਾਭਾ ਸ਼ਹਿਰ ਦੇ ਵਿੱਚ ਸਾਰਾ ਏਰੀਆ ਕਵਰ ਕਰਕੇ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੜਾ ਵਧੀਆ ਉਪਰਾਲਾ, ਮੈਂ ਇਹ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਏਕਤਾ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਰਾਈਡਰਸ ਅਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਦੇ ਸਹਿਯੋਗ ਨਾਲ ਅੱਜ 10 ਕਿਲੋਮੀਟਰ ਦੀ ਸਾਈਕਲ ਰੈਲੀ ਹੈ ਜਿਹੜੀ ਨਾਭੇ 'ਚ ਕਰਾਈ ਗਈ ਹੈ, ਜਿਹਦੇ ਸਾਡੇ ਸਤਿਕਾਰਯੋਗ SDM ਸਾਹਿਬ ਨੇ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇੱਕ ਤੰਦਰੁਸਤ ਪੰਜਾਬ ਦਾ ਸੁਨੇਹਾ ਦੇਣ ਵਾਸਤੇ, ਬੂਟੇ ਲਗਾਉਣ ਵਾਸਤੇ, ਤਾਂ ਜੋ ਹਰਿਆਲੀ ਹੈ, ਜੋ ਵਾਤਾਵਰਨ ਹੈ, ਜੋ ਖਤਮ ਹੁੰਦਾ ਜਾ ਰਿਹਾ ਉਹਨੂੰ ਪਲੱਸ ਕਰਨ ਵਾਸਤੇ ਇੱਕ ਸੁਨੇਹਾ, ਬੱਚਿਆਂ ਨੂੰ ਆਪਣੀ ਸਿਹਤ ਸੰਬੰਧੀ ਏਅਰ ਅਵੇਅਰਨੈਸ ਕਰਨ ਵਾਸਤੇ ਇਹ ਸੁਨੇਹਾ ਦਿੱਤਾ ਗਿਆ, ਤਾਂ ਜੋ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ ਬੱਚੇ ਵੱਧ ਤੋਂ ਵੱਧ ਸਾਈਕਲ ਚਲਾਉਣ, ਸੈਰ ਕਰਨ, ਅਤੇ ਤੰਦਰੁਸਤ ਪੰਜਾਬ ਜੋ ਪਹਿਲਾਂ ਪੰਜਾਬ ਸੀ ਉਹ ਮੁੜ ਸਿਰਜਿਆ ਜਾ ਸਕੇ। ਇੱਕੋ ਸਾਈਕਲ ਰੈਲੀ ਜਿਹੜੀ ਅਸੀਂ ਕੱਢ ਰਹੇ ਹਾਂ ਉਹ ਏਕਤਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਕੱਢ ਰਹੇ ਹਾਂ, ਜੋ ਕਿ ਨਾਭਾ ਦੇ ਵਿੱਚ ਕੀ ਪਹਿਲੀ ਰੈਲੀ ਹੈ, ਔਰ ਇਸ ਦੇ ਵਿੱਚ ਸਾਨੂੰ ਬਹੁਤ ਹੀ ਸਹਿਯੋਗ ਮਿਲਿਆ SDM ਸਾਹਿਬ ਵੱਲੋਂ ਔਰ ਸ਼ਹਿਰ ਵਾਸੀਆਂ ਵੱਲੋਂ, ਛੋਟੇ ਛੋਟੇ ਬੱਚਿਆਂ ਵੱਲੋਂ। ਅਸੀਂ ਇਸ ਰੈਲੀ ਨੂੰ ਅਸੀਂ ਕਾਮਯਾਬ ਕਰਨ ਲਈ ਨਾਲ ਬੂਟੇ ਵੀ ਵੰਡ ਰਹੇ ਹਾਂ, ਔਰ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਬੂਟੇ ਲੈ ਕੇ ਜਾਣਗੇ ਉਹ ਉਸਦੀ ਸਾਂਭ ਸੰਭਾਲ ਕਰਨ, ਔਰ ਅੱਗੇ ਵੀ ਜੋ ਰੈਲੀਆਂ ਨਿਕਲਣਗੀਆਂ ਉਹਦੇ ਵਿੱਚ ਸਾਡਾ ਸਾਥ ਦੇਣ, ਤਾਂ ਹੀ ਉਹ ਅਸੀਂ ਇਸ ਰੈਲੀ ਨੂੰ ਅੱਗੇ ਵੀ ਹੋਰ ਰੈਲੀਆਂ, ਵੱਡੀਆਂ ਰੈਲੀਆਂ ਦੇ ਰੂਪ ਵਿੱਚ ਨਾਭਾ ਤੋਂ ਪਟਿਆਲਾ, ਨਾਭਾ ਤੋਂ ਭਵਾਨੀਗੜ੍ਹ, ਜਾਂ ਨਾਭਾ ਤੋਂ ਅਸੀਂ ਸੰਗਰੂਰ ਦੀਆਂ ਰੈਲੀਆਂ ਕਰਵਾ